ਸਤਿ ਸ਼੍ਰੀ ਅਕਾਲ ਜੀ ਪੰਜਾਬ ਬੋਲ ਦਾ ਦੇਖ ਰਹੇ ਸਰ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ। ਦੋਸਤੋ ਪੰਜਾਬ ਦੇ ਵਿੱਚ ਇਸ ਵਕਤ ਜਿਮਨੀ ਚੋਣਾਂ ਦੇ ਕਰਕੇ ਜਿਹੜਾ ਸਿਆਸੀ ਮਾਹੌਲ ਹੈ ਸਿਖਰਾਂ ਤੇ ਹੈ। ਜਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੀ ਆਪਣੀ ਜਿਹੜੀ ਹੈ ਚੋਣ ਪ੍ਰਚਾਰ ਦੀ ਜਿਹੜੀ ਨੀਤੀ ਹੈ ਉਹ ਤੇਜ਼ ਕੀਤੀ ਹੋਈ ਹੈ। ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਇਸ ਵਕਤ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਸਬੰਧ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਵਾਅਦੇ ਜਿਹੜੇ ਪੰਜਾਬ ਦੇ ਲੋਕ ਹੈਗੇ ਨੇ ਉਹਨਾਂ ਦੇ ਨਾਲ ਕੀਤੇ ਜਾ ਰਹੇ ਨੇ ਤੇ ਜੇਕਰ ਇਸ ਤੋਂ ਪਹਿਲਾਂ ਕਾਂਗਰਸ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਜਾਵੇ ਕਿਉਂਕਿ 2.5 ਸਾਲ ਬੀਤ ਚੁੱਕੇ ਨੇ ਕਾਂਗਰਸ ਸਰਕਾਰ ਨੂੰ ਜਿਸ ਤਰ੍ਹਾਂ ਦੇ ਵਾਅਦੇ ਕਰਕੇ ਪੰਜਾਬ ਦੇ ਚਾਹੀ ਨੌਜਵਾਨਾਂ ਦੇ ਨਾਲ ਕੀਤੇ ਹੋਣ ਚਾਹੇ ਕਿਸਾਨਾਂ ਦੇ ਨਾਲ ਲੋਕਾਂ ਦੇ ਨਾਲ ਜਿਸ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ ਉਹਨਾਂ ਦੇ ਵਾਅਦਿਆਂ ਦੇ ਕਿੰਨੇ ਕਿ ਜਿਹੜੇ ਵਾਅਦੇ ਨੇ ਕਾਂਗਰਸ ਦੇ ਵੱਲੋਂ ਪੂਰੇ ਕੀਤੇ ਨੇ ਜਾਂ ਫਿਰ ਇਸ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਹੋਣ ਜਾ ਰਹੀਆਂ ਜਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਲੋਕ ਕੀ ਸੋਚ ਰਹੇ ਨੇ ਖਾਸ ਕਰਕੇ ਯੂਥ ਇਸ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਇੰਟਰਸਟ ਲੈ ਰਿਹਾ ਹੈ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ ਇਹਨਾਂ ਤੋਂ ਜਾਣਦੇ ਹਾਂ ਕਿ ਜਿਮਨੀ ਚੋਣਾਂ ਦੇ ਸਬੰਧ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਰਣਨੀਤੀ ਹੈਗੀ ਹੈ ਜਾਂ ਫਿਰ ਕਿਸ ਆਧਾਰ ਦੇ ਉੱਤੇ ਇਹਨਾਂ ਨੇ VOTING ਕਰਨੀ ਹੈ ਤੇ ਕਾਰਗੁਜ਼ਾਰੀ ਸਰਕਾਰ ਦੀ ਕਿਸ ਤਰੀਕੇ ਦੇ ਨਾਲ ਧਿਆਨ ਦੇ ਵਿੱਚ ਰੱਖ ਰਹੇ ਨੇ ਜਾਂ ਫਿਰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਮਨ ਦੇ ਵਿੱਚ ਜਦੋਂ ਵੋਟ ਪਾਉਣੀ ਹੈਗੀ ਹੈ ਕਿ ਆ ਵਿਚਾਰਤਾ ਚੱਲ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਹਰਕੀਰਤ ਸਿੰਘ ਅੱਛਾ ਹਰਕੀਰਤ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਮਨੀ ਚੋਣ ਹੋਣੀ ਹੈ ਸਭ ਤੋਂ ਪਹਿਲਾਂ ਇਹ ਜਾਣਾ ਜਾਣਨਾ ਚਾਹਵਾ ਕਿ ਕੀ VOTING ਕਿਸ ਆਧਾਰ ਦੇ ਉੱਤੇ ਕਰਨੀ ਹੈਗੀ ਹੈ ਕੀ ਸੋਚਿਆ VOTING ਤਾਂ VOTING ਹਰ ਵਾਰ ਹੋਈ ਆਧਾਰ ਹੁੰਦੇ ਨੇ ਵੋਟਾਂ ਪਾਉਣ ਦੇ ਸਾਨੂੰ ਯੂਥ ਨੂੰ ਐਜੂਕੇਸ਼ਨ ਫੈਸਿਲਿਟੀਆਂ ਜ਼ਿਆਦਾ ਚਾਹੀਦੀਆਂ ਨੇ ਹੈਲਥ ਫੈਸਿਲਿਟੀਆਂ ਜ਼ਿਆਦਾ ਚਾਹੀਦੀਆਂ ਨੇ ਤੇ ਬਹੁਤ ਗੱਲਾਂ ਹੋਰ ਨੇ ਆਪਾਂ ਸਾਰੀਆਂ ਵੋਟਾਂ ਵੈਸੇ ਤਾਂ ਇਸ ਸਾਲ ਤੋਂ ਸਾਡੇ ਪੁਰਖ ਵੀ ਸਾਡੇ ਫਾਦਰ ਸਾਹਿਬ ਉਤੋਂ ਬਾਅਦ ਦਾਦਾ ਹੁਣ ਇਹ ਸਾਰੇ ਨੇ ਐਂ ਸੋਚ ਕੇ ਵੋਟਾਂ ਪਾਉਂਦੇ ਨੇ ਵੀ ਕੁਝ ਵਿਕਾਸ ਹੋਊਗਾ ਪਰ ਪੰਜਾਬ ਦੀ ਮੰਤ ਭਾਗੀ ਕਹਿ ਲਓ ਵੀ ਪੰਜਾਬ ਦੀ ਇੱਕ ਬਦਕਿਸਮਤੀ ਕਹਿ ਲਓ ਵੀ ਅੱਜ ਤੱਕ ਉਹ ਮੌਕਾ ਆਇਆ ਹੀ ਨਹੀਂ ਵੀ ਹਰ ਕਦੇ ਵੋਟਾਂ ਤੋਂ ਬਾਅਦ ਆਪਾਂ ਕਹਿਣ ਜੋਗ ਹੋਈਏ ਵੀ ਵਿਕਾਸ ਉਹ ਪੱਧਰ ਤੱਕ ਹੋ ਗਿਆ ਜਿਸ ਪੱਧਰ ਤੋ ਅਸੀਂ ਵੋਟਾਂ ਜੇ ਜਜ਼ਬਾਤਾਂ ਨਾਲ ਅਸੀਂ ਵੋਟਾਂ ਪਾਉਂਦੇ ਆ ਅੱਛਾ ਤੁਸੀਂ ਕਹਿ ਰਹੇ ਹੋ ਕਿ ਹਰ ਵਾਰ ਜਦੋਂ ਕੋਈ ਵੀ ਵੋਟ ਪਾਉਣ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਆਪਣੇ ਚੰਗੇ ਭਵਿੱਖ ਦੇ ਲਈ ਵੋਟ ਕਰਨ ਜਾਂਦਾ ਹੈ ਪਰ ਸਵਾਲ ਇਹ ਹੈਗਾ ਕਿ ਜਦੋਂ 2.5 ਸਾਲ ਕਾਂਗਰਸ ਦੀ ਸਰਕਾਰ ਨੂੰ ਬੀਤ ਚੁੱਕੇ ਨੇ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਵਾਅਦੇ ਕੀਤੇ ਸਨ ਕਿਸ ਤਰ੍ਹਾਂ ਮੰਨਦੇ ਹੋ ਕਿ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ ਹੈ ਤੇ ਹੁਣ ਇਸ ਕਾਰਗੁਜ਼ਾਰੀ ਦੇ ਆਧਾਰ ਦੇ ਉੱਤੇ ਕਿਸ ਤਰ੍ਹਾਂ VOTING ਕਰੋਗੇ ਕਾਰਗੁਜ਼ਾਰੀ ਐਸ ਯੂਜੂਅਲ ਜੋ ਆਪਾਂ ਪਿਛਲੇ ਸੁਣੀਆ ਤੇ ਆਪਾਂ ਦੇਖਿਆ ਉਹੀ ਰਹੀ ਆ ਵੀ ਵਾਦੇ ਅਸਮਾਨ ਤੇ ਲੱਗੇ ਹੋਏ ਤੇ ਕੰਮ ਜ਼ਮੀਨ ਤੋਂ ਵੀ ਥੱਲੇ ਤੇ ਕੋਈ ਕੰਮ ਹੋਏ ਕੋਈ ਕੰਮ ਨਾ ਤਾਂ ਵੈਸੇ ਅਜਾ ਹੁਣ ਮੈਨੂੰ ਤਾਂ ਲੱਗਦਾ ਵੀ ਇੱਕ ਰਾਏ ਤੇ ਬਣ ਗਈ ਵੀ ਆਹ ਕਹੋ ਐਵੇਂ ਵੋਟ ਪਾਓ ਵੀ ਉਤੋਂ ਬਾਅਦ ਨਾ ਹੋਣਾ ਵੀ ਅਸੀਂ ਉਹਨੂੰ ਨਾਰਮਲ ਹੀ ਲੈਂਦੇ ਆ ਵੀ ਕੰਮ ਨਹੀਂ ਹੋ ਰਿਹਾ ਤਾਂ ਆਪਾਂ ਸਾਨੂੰ ਹਰਾਨੀ ਹੋਣੀ ਉਹ ਬੰਦ ਹੋ ਗਈ ਵੀ ਆਪਾਂ ਆਖਣ ਲੱਗ ਜਾਈਏ ਵੀ ਕੰਮ ਹੋਏ ਨਹੀਂ ਵੀ ਕਾਤੋਂ ਨਹੀਂ ਹੋਏ ਹੁਣ ਸਾਨੂੰ ਪਤਾ ਹੀ ਆ ਵੀ ਉਹੀ ਗੱਲਾਂ ਹੋਣਗੀਆਂ ਉਹੀ ਜਵਾਬ ਹੋਣਗੇ ਉਹੀ ਡਿਬੇਟਾਂ 'ਚ ਗੱਲਾਂ ਕਰਨਗੇ ਉਹੀ ਕੋਈ ਕੰਮ ਨਹੀਂ ਹੋਇਆ ਆਪਾਂ 2.5 ਸਾਲ ਦੀ ਕਾਰਜਕਾਰੀ ਨੂੰ ਜਿਵੇਂ ਹੁਣ ਤੁਸੀਂ ਕਹਿ ਰਹੇ ਜਿਮਨੀ ਚੋਂਡ ਦਾ ਮੁੱਦਾ ਲੈ ਕੇ ਆਏ ਹੋ ਦਾਖਾ ਦੀ ਲੈ ਲੈਂਦੇ ਆ ਜੀ ਮੈਂ ਐਚਐਸ ਫੁਲਕਾ ਸਾਹਿਬ ਲੈ ਰਹੇ ਆ اپ ਇਲੈਕਸ਼ਨ ਉਹਨਾਂ ਨੇ ਅਸਤੀਫਾ ਲੈ ਲਿਆ ਉੱਥੇ ਜਿਮਨੀ ਚੋਣ ਹੋ ਰਹੀ ਆ ਪਹਿਲੀ ਗੱਲ ਤਾਂ ਜੋ ਸਾਨੂੰ ਲੱਗਦਾ ਵੀ ਜਿਮਨੀ ਚੋਣ ਹੋਣਾ ਹੀ ਮੇਰੇ ਹਿਸਾਬ ਨਾਲ ਤਾਂ ਇਹ ਚੀਜ਼ ਹੈ ਗਲਤ ਹੈ ਇਹ ਪ੍ਰੋਟੋਕੋਲ ਦੇ ਹਿਸਾਬ ਤੋਂ ਇਹਦਾ ਬਹੁਤ ਗਲਤ ਚੀਜ਼ ਆ ਲੋਕਾਂ ਨੇ ਉਹਨਾਂ ਨੂੰ ਆਪਦੀ ਮਤ ਦੇ ਕੇ ਜਿਤਾਤਾ ਲੋਕਾਂ ਨੇ ਆਪਦਾ ਵਿਸ਼ਵਾਸ ਦਿਖਾਇਆ ਆਪਣੀ ਲੋਕਾਂ ਦੀ ਮਤ ਹੁੰਦੀ ਆ ਸਾਰੇ ਕਿੰਨੇ ਕਿੰਨੀਆਂ ਵੋਟਾਂ ਨਾਲ ਉਹ ਜਿੱਤੇ ਮਤ ਦੇ ਕੇ ਜਿਤਾਤਾ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਪਹਿਲੀ ਗੱਲ ਤਾਂ ਇਹ ਸਾਰੀ ਜਨਤਾ ਆਮ ਜਨਤਾ ਦੀ ਮਾਨਹਾਨੀ ਆ ਵੱਡੇ ਲੈਵਲ ਦੀ ਮਾਨਹਾਨੀ ਉਹਨਾਂ ਨੇ ਕੀਤੀ ਇਹ ਕਵੋਟਾਂ ਦੇ ਇਲੈਕਸ਼ਨ ਚ ਆਪਾਂ ਨੂੰ ਪਤਾ ਹੀ ਹੈ ਵੀ 50 ਕਰੋੜ ਤੱਕ ਦੀ ਰਾਸ਼ੀ ਲੱਗ ਜਾਂਦੀ ਆ ਤਕਰੀਬਨ ਤਕਰੀਬਨ ਕਹਿ ਲਈਏ ਤੇ ਉਹ ਸਰਕਾਰੀ ਸਾਰੇ ਸਰਕਾਰੀ ਫੰਡਾਂ ਦੀ ਮਾਨ ਹਨੀ ਕਹਿ ਲੋ ਇੱਕ ਤਰ੍ਹਾਂ ਦੁਰਵਰਤੋਂ ਕਹਿ ਲੋ ਜਦ ਆਪਣੇ ਦੇ ਚਾਹ ਕੰਮ ਹੋ ਰਹੇ ਨਹੀਂ ਵੀ ਆ ਚੀਜ਼ਾਂ ਤੇ ਪੈਸੇ ਖਰਚੇ ਜਾ ਰਹੇ ਨੇ ਲਾਜ਼ਮੀ ਪੈਸੇ ਲੱਗ ਰਹੇ ਨੇ ਫਿਰ ਆਪਾਂ ਕਿਹੜੀ ਕਿਹੜੇ ਜ਼ਿਮੀਂਦਾਰ ਆਪਾਂ ਵੀ ਜ਼ਿਮੀਂਦਾਰਾਂ ਦੇ ਘਰ ਤੋਂ ਆਉਂਦੇ ਆਪਾਂ ਕਿਹੜੀ ਜ਼ਿਮੀਂਦਾਰਾਂ ਦੇ ਹੱਕ ਦੀ ਗੱਲ ਕਰ ਲਾਂਗੇ ਯੂਨੀਅਨਾਂ ਤੇ ਆਗੂ ਆ ਉਹ ਇਹਨਾਂ ਨੇ ਹੱਥ ਮਲਾ ਲੈਂਦੇ ਨੇ ਜ਼ਿਮੀਂਦਾਰ ਧਰਨੇ ਤੇ ਬੈਠੇ ਉਹ ਸ਼ਾਮ ਨੂੰ ਉੱਠ ਜਾਂਦੇ ਨੇ ਸਾਡਾ ਤਾਂ ਸਾਨੂੰ ਪਤਾ ਵੀ ਇਹ ਮਜ਼ਾਕ ਅਤੇ ਮਜ਼ਾਕ ਹੁੰਦਾ ਹੀ ਰਹਿਣਾ ਹੈ ਹੁਣ ਆਪਾਂ ਇਸ ਤਰ੍ਹਾਂ ਦੀ ਨੂੰ ਆਪਦੀ ਕਿਸਮਤ ਮੰਨ ਕੇ ਬੈਠੇ ਆ ਪੰਜਾਬ ਤੇ ਦਾ ਬਾਕੀ ਤੁਹਾਨੂੰ ਪਤਾ ਹੀ ਆ ਯੂਥ 70% ਤਾਂ ਮੇਨੂੰ ਲੱਗਦਾ ਨਿਕਲ ਹੀ ਗਿਆ ਬਾਹਰ ਨੂੰ ਆਪਾਂ ਲੇਬਰਾਂ ਕਰ ਰਹੇ ਆ ਆਪਦੇ ਸਾਡੇ ਇਤਿਹਾਸ ਤੋਂ ਸਾਡਾ ਜੋ ਇਤਿਹਾਸ ਸੀ ਏਡਾ ਤਕੜਾ ਉਹਨੂੰ ਭਲਾ ਕੇ ਉੱਥੇ ਜਾ ਕੇ ਲੇਬਰਾਂ ਕਰ ਰਹੇ ਆ ਆਪਾਂ ਇਹ ਤੋਂ ਵੱਡੀ ਮੰਦ ਭਾਗੀ ਸਿਚੁਏਸ਼ਨ ਤਾਂ ਮੈਨੂੰ ਲੱਗਦਾ ਸਾਡੀ ਦਸ਼ਕ ਅੱਜ ਤੱਕ ਨਾ ਹੋਈ ਹੈ ਤੇ ਨਾ ਹੋਊਗੀ ਮੇਰੇ ਹਿਸਾਬ ਨਾਲ ਤਾਂਹੀ ਗੱਲ ਆ ਬਹੁਤ ਬਹੁਤ ਧੰਨਵਾਦ ਕਿਉਂਕਿ ਕਾਫੀ ਰੋਸ ਵੀ ਹੈਗਾ ਯੂਥ ਦੇ ਵੱਲੋਂ ਕਿਉਂਕਿ ਜਿੰਨੇ ਵਾਅਦੇ ਜਾਂ ਫਿਰ ਦਾਅਵੇ ਸਰਕਾਰ ਕਰਦੀ ਹੈ ਜਦੋਂ ਉਹ ਪੂਰੇ ਨਹੀਂ ਹੁੰਦੇ ਕਿਤਨਾ ਕਿਤੇ ਰੋਸ ਉੱਠਣਾ ਲਾਜ਼ਮੀ ਹੈ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਕਿਸ ਤਰ੍ਹਾਂ ਦਾ ਰੁਝਾਨ ਹੈਗਾ ਕਿ ਸੋਚ ਕੇ VOTING ਕਰਨੀ ਹੈਗੀ ਜਿਵੇਂ ਕਿ ਅਸੀਂ ਚੋਣਾ ਲੜਦੇ ਲੜਦੇ ਹੈਗੇ ਆ ਤਾਂ ਅਸੀਂ ਚੋਣਾ ਮਤਲਬ ਪਾਣੀ ਹੈ ਵੋਟਾਂ ਤਾਂ ਅਸੀਂ ਇਹ ਸੋਚ ਕੇ ਪਾਣੇ ਵੀ ਕੰਮ ਕਰਨਗੇ ਤਾਂ ਸਾਨੂੰ ਕੋਈ ਫਾਇਦਾ ਹੋਗਾ ਵਿਕਾਸ ਹੋਗਾ ਤਰੱਕੀ ਹੋਗੀ ਵੀ ਸਾਡਾ ਦੇਸ਼ ਤਰੱਕੀ ਦੀ ਰਾਹ ਤੇ ਚੱਲੂਗਾ ਜਿਸ ਕਰਕੇ ਅਸੀਂ ਮਤਲਬ ਵੋਟ ਪਾਣੀ ਹੈ ਤੇ ਇਹੀ ਆ ਵੀ ਜੇਕਰ ਆਣੇ ਆ ਪਾਰਟੀ ਦੇ ਵਿੱਚ ਤਾਂ ਉਹ ਛੱਡਦੇ ਕਿਉਂ ਆ ਅਸਤੀਫਾ ਕਿਉਂ ਦਿੰਨੇ ਆ ਉਹਨਾਂ ਨੂੰ ਇੰਨਾ ਵੀ ਵਿਸ਼ਵਾਸ ਹੁੰਦਾ ਅਸੀਂ ਵਿਸ਼ਵਾਸ ਕਰਕੇ ਪਾਰਟੀ ਦੇ ਮਤਲਬ ਵੋਟ ਪਾਣੇ ਆ ਤੇ ਉਹ ਛੱਡਦੇ ਕਿਵੇਂ ਅਸਤੀਫਾ ਕਿਉਂ ਦਿੰਨੇ ਆ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਾਡਾ ਨਾਲ ਗੱਲਬਾਤ ਕਰਨ ਦੇ ਲਈ ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿਤਨਾ ਕਿਤੇ ਇਹਨਾਂ ਦਾ ਰੋਸ ਜਿਹੜਾ ਹੈਗਾ ਇਹ ਸਰਕਾਰ ਦੇ ਵਿਰੁੱਧ ਹੈ ਵੱਖ-ਵੱਖ ਤਰ੍ਹਾਂ ਦੀਆਂ ਸਿਆਸੀ ਪਾਰਟੀਆਂ ਦੇ ਵਿਰੁੱਧ ਹੈ ਜਿਨ੍ਹਾਂ ਦੇ ਵੱਲੋਂ ਨੌਜਵਾਨਾਂ ਨੂੰ ਟਾਰਗੇਟ ਕਰਕੇ ਵੱਖ-ਵੱਖ ਤਰ੍ਹਾਂ ਦੇ ਚੋਣਾਂ ਸਮੇਂ ਵਾਅਦੇ ਕੀਤੇ ਜਾਂਦੇ ਨੇ ਜਦ ਜਦੋਂ ਇਹ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਰੋਸ ਉੱਠਣਾ ਲਾਜ਼ਮੀ ਹੈ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਵੜਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਜਿਮਨੀ ਚੋਣਾਂ ਦੇ ਬਾਬਤ ਲਗਾਤਾਰ ਗੱਲਬਾਤ ਕਰ ਰਹੇ ਆ ਖਾਸ ਕਰਕੇ ਨੌਜਵਾਨ ਸਾਡੇ ਨਾਲ ਹੈਗੇ ਨੇ ਨੌਜਵਾਨਾਂ ਤੋਂ ਲਗਾਤਾਰ ਜਾਣ ਰਹੇ ਆ ਕਿ ਕਿਸ ਤਰੀਕੇ ਦੇ ਨਾਲ VOTING ਦੇ ਵਿੱਚ ਜਿਹੜੀ ਹੈਗੀ ਹੈ ਪਾਰਟਿਸਪੇਸ਼ਨ ਕਰਨਾ ਹੈ ਤੇ ਨਾਲ ਦੀ ਨਾਲ ਕਿ ਕਿਸ ਤਰੀਕੇ ਦੇ ਨਾਲ ਜਦੋਂ ਇਲੈਕਸ਼ਨ ਹੁੰਦੀਆਂ ਨੇ ਤਾਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਨੂੰ ਆਪਣੇ ਨਾਲ ਜੋੜਿਆ ਜਾਵੇ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਯੂਥ ਹੈਗਾ ਉਸਦੇ ਆਧਾਰ ਦੇ ਉੱਤੇ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਜਿੱਤ ਨੂੰ ਪੱਕਾ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਚਾਰ ਜਿਮਨੀ ਚੋਣਾ ਹੈਗੀਆਂ ਨੇ ਦਾਪੇਚ ਪੂਰੇ ਲੜਾਈ ਜਾ ਰਹੇ ਨੇ ਪਰ ਨੌਜਵਾਨ ਉਸ ਦਾਪੇਚਾਂ ਨੂੰ ਕਿਸ ਤਰ੍ਹਾਂ ਇੱਕ ਦੇ ਨਾਲ ਸਮਝ ਰਹੇ ਨੇ ਤੇ ਕਿਸ ਆਧਾਰ ਦੇ ਉੱਤੇ VOTING ਕਰਨੀ ਹੈ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਮੇਰਾ ਨਾਮ ਰਣਵੀਰ ਸਿੰਘ ਹੈ ਅੱਛਾ ਰਣਵੀਰ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ VOTING ਤੁਸੀਂ ਵੀ ਕਰਨੀ ਹੈਗੀ ਐ ਉਸ ਹਲਕੇ ਦੇ ਉੱਤੋਂ ਕੀ ਸੋਚ ਕੇ VOTING ਕਰਨੀ ਹੈ ਕੀ ਮੰਨ ਦੇ ਵਿੱਚ ਚੱਲ ਰਿਹਾ ਵਿਚਾਰ ਸਭ ਤੋਂ ਪਹਿਲਾਂ ਮੇਰੇ ਹਿਸਾਬ ਨਾਲ ਤਾਂ ਇਹ ਯੂਥਰਾ ਸਭ ਤੋਂ ਪਹਿਲਾਂ ਹੀ ਮੁੱਦਾ ਆਉਂਦਾ EMPLOIEMENT ਹੀ ਕਿਉਂਕਿ ਆਪਾਂ ਜਦੋਂ ਕੋਈ ਵੀ ਗਰੀਬੀ ਰੇਖਾ ਤੋਂ ਆਂਦਾ ਕੋਈ ਵੀ ਅਮੀਰ ਸੋਚ ਕੇ ਆਂਦਾ ਤਾਂ ਆਪਾਂ ਸੋਚਦੇ ਆ ਵੀ ਹਾਂ ਨੌਕਰੀ ਪਾਣਾ ਹੱਸਾ ਸਭ ਤੋਂ ਪਹਿਲਾਂ ਮੁੱਦਾ ਹੀ ਹੁੰਦਾ ਵੀ ਬੰਦੇ ਦਾ ਵੀ ਹਾਂ ਅਸੀਂ ਨੌਕਰੀ ਕਰਨੀ ਬਈ ਆਪਣੇ ਘਰ ਦੇ ਨਾਲ ਕਿਵੇਂ ਅਸੀਂ ਸਹਾਰਾ ਬਣੀਏ ਤੇ ਬੰਦਾ ਜਦੋਂ ਨੌਕਰੀ ਪਾਣ ਲਈ ਜਾਂਦਾ ਆਪਾਂ ਪੜਦੇ ਆ ਤਾਂ ਉੱਥੇ ਹਰੇਕ ਪਾਸੇ ਕਹਿੰਦੇ ਵੀ ਬੰਦੇਰੇ ਚਲੋ ਮੈਂ 80% ਨੰਬਰ ਲੈ ਗਿਆ ਤੇ ਬੰਦਾ 60% ਵਾਲਾ ਵੀ ਹੁੰਦਾ ਤੇ ਬੰਦਾ 60% ਵਾਲਾ ਉੱਥੇ ਅੱਗੇ ਕਿਉਂ ਜਾਂਦਾ ਕਿਉਂਕਿ ਉੱਥੇ ਬੰਦੇ ਦੀ ਪਹਿਲਾਂ ਸਪਾਰਸ਼ ਪਈ ਵੀ ਹੁੰਦੀ 80% ਨੰਬਰ ਲੈਣਾ ਤਾਂ ਸਾਡਾ ਕੰਮ ਹੀ ਨੀਚੇ ਆ ਰਹਿ ਗਿਆ ਜੇ ਇੰਪਲੋਇਮੈਂਟ ਹੀ ਨਹੀਂ ਹੈ ਬੰਦਾ ਜਦੋਂ ਕਿਸੇ ਇੰਟਰਵਿਊ ਦੇਣ ਜਾਂਦੇ ਆ ਆਪਾਂ ਇੰਪਲੋਇਮੈਂਟ ਕਹਿੰਦੇ ਬਈ 5000 ਤੇ ਟਿਸ਼ਾ ਠੀਕਨ ਲਾਜੂ ਬਈ ਦੱਸੋ ਅਸੀਂ ਐਡੇ ਲੱਖਾਂ ਪੜ੍ਹਾਈ ਤੇ ਲਾਏ ਸੀ 5000 ਚ ਲੱਗ ਜੀ ਇੰਪਲੋਇਮੈਂਟ ਅਜੇ ਯੂਥ ਦਾ ਸਭ ਤੋਂ ਵੱਡਾ ਮੁੱਦਾ ਤੁਸੀਂ ਕਹਿ ਰਹੇ ਹੋ ਕਿ ਇਮਪਲੋਇਮੈਂਟ ਹੈਗਾ ਵਕਫ ਵਕਤਾਂ ਦੀ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਰੋਜ਼ਗਾਰ ਦਿੱਤਾ ਜਾਵੇਗਾ ਘਰ ਘਰ ਰੋਜ਼ਗਾਰ ਸਕੀਮ ਤੇ ਜਿਹੜੀ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਵੱਲੋਂ ਵਾਅਦੇ ਕੀਤੇ ਗਏ ਕਾਂਗਰਸ ਸੱਤਾ ਦੇ ਵਿੱਚ ਆਈ ਤੇ ਹੁਣ ਇੱਕ ਵਾਰ ਫੇਰ ਕਾਂਗਰਸ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੀ ਹੈ ਚੋਣ ਲੜ ਰਹੀ ਹੈ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖ ਰਹੇ ਹੋ ਕਿ ਸੁਧਾਰ ਦੇ ਉੱਤੇ VOTING ਕਰਨੀ ਹੈ ਜਿਹੜਾ ਤੁਸੀਂ ਕਹਿੰਦੇ ਹੋ ਇਹ ਘਰ ਘਰ ਰੋਜ਼ਗਾਰ ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦੱਨਾ ਤੇ ਘਰ ਘਰ ਰੋਜ਼ਗਾਰ ਪੋਰਟਲ ਤੇ ਮਨੂੰ ਵੀ ਮੈਸੇਜ ਆਇਆ ਕਿ ਤੁਸੀਂ ਇਹ ਤੇ ਲਿੰਕ ਕਰਕੇ ਆਪਣਾ ਰਜਿਸਟਰ ਕਰੋ ਚਲੋ ਮੈਂ ਰਜਿਸਟਰ ਕਰ ਲਿਆ ਉਹਤੇ ਤੇ ਮੈਂ ਡਿਪਲੋਮਾ ਕਰਿਆ ਸੀਗਾ ਮੈਕੈਨਿਕਲ ਟੂਲੈਂਡ ਆਈ ਤੇ ਮੈਂ ਪੂਰੇ ਪੰਜਾਬ ਚ ਟੌਪ ਕਰਿਆ ਤੇ ਮਨੂੰ ਕਹਿੰਦੇ ਚਲੋ ਬਈ ਆ ਗਏ ਹੋ ਕਹਿੰਦੇ ਵੀ ਕੋਲ ਸੈਂਟਰ ਚ ਜੌਬ ਕਰ ਲਓ ਦੋਸਤੋ ਮੇਰੀ ਫੀਲਡ ਨਹੀਂ ਮੈਂ ਕੋਲ ਸੈਂਟਰ ਜੌਬ ਕਿਵੇਂ ਕਰਾਂ ਇਹ ਹੈ ਵੀ ਇੰਪਲੋਇਮੈਂਟ ਵੀ ਸਾਡੀ ਸਾਡ ਨੂੰ ਆ ਹੀ ਨਹੀਂ ਪਤਾ ਬਈ ਬ ਸਾਡਾ ਉਹ ਰਾਏ ਉਲਟ ਕਰਦਨੇ ਆ ਅੱਛਾ ਜਿਮਨੀ ਚੋਣਾਂ ਹੋ ਰਹੀਆਂ ਨੇ ਕੁਝ ਆਗੂਆਂ ਦੇ ਵੱਲੋਂ ਸਤੀਫੇ ਦਿੱਤੇ ਜਾ ਰਹੇ ਨੇ ਕਿਸੇ ਦੀ ਜਿਹੜੀ ਮੌਤ ਹੋਣ ਦੀ ਵਜ੍ਹਾ ਦੇ ਨਾਲ ਜਿਮਨੀ ਚੋਣ ਹੋ ਰਹੀ ਹੈ ਤਾਂ ਕਿਤੇ ਨਾ ਕਿਤੇ ਕੁਝ ਦਾ ਜਿਹੜਾ ਆਪਣਾ ਵਿਧਾਇਕੀ ਛੱਡਣ ਤੋਂ ਬਾਅਦ ਐਮਐਲਏ ਦੀ ਜਾਂ ਫਿਰ ਐਮਪੀ ਬਣੇ ਨੇ ਕਿਤੇ ਨਾ ਕਿਤੇ ਜਿਵੇਂ ਪਹਿਲਾਂ ਵੀ ਨੌਜਵਾਨ ਨੇ ਗੱਲ ਕੀਤੀ ਹੈ ਕਿ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਸੂਬੇ ਦਾ ਜਿਹੜਾ ਖਜ਼ਾਨਾ ਹੈ ਉਹ ਵੀ ਦਾ ਦੇ ਉੱਤੇ ਲੱਗ ਜਾਂਦਾ ਹੈ ਸੂਬੇ ਦਾ ਇਹ ਖਜ਼ਾਨੇ ਦੇ ਤਹਿਤ ਜਿਹੜੀਆਂ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਇਸ ਨੂੰ ਕਿਵੇਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਾਂ ਜਿਹੜਾ ਬੰਦਾ ਉਥੇ ਖੜਦਾ ਜੀ ਦੇ ਅਸਤੀਫਾ ਦਿੰਦਾ ਸਭ ਤੋਂ ਪਹਿਲਾਂ ਤਾਂ ਲੋਕਾਂ ਦਾ ਵਿਸ਼ਵਾਸ ਹੁੰਦਾ ਹੀ ਪੂਰਾ ਹਾਂ ਬਈ ਬੰਦਾ ਇਸ ਨੂੰ ਚੁਣਿਆ ਸੀ ਪੂਰੀ ਤਰ੍ਹਾਂ ਵੀ ਸਾਡਾ ਵਿਕਾਸ ਕਰੂਗਾ ਫਿਰ ਬੰਦਿਆ ਦੇ ਮਨ ਉਠੇ ਜਾਰ ਪਹੁੰਚੇ ਉਹ ਬੰਦਾ ਅਸਤੀਫਾ ਦੇ ਦਿੰਦਾ ਵੀ ਹਾਂ ਬੰਦਾ ਕਹਿ ਰਿਹਾ ਸੀ ਕਿ ਮੈਂ ਵਿਕਾਸ ਕਰੂਗਾ 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 ਉਹ ਤੋਂ ਬਾਅਦ ਕਹਿਣਾ ਵੀ ਬੰਦੇ ਜਮੇ ਹੀ ਬਈ ਅਸਤੀਫਾ ਦੇ ਤਾਂ ਹਾਂ ਬਈ ਲੋਕਾਂ ਨੂੰ ਨਾ ਗੁਜਾਰੀ ਕਰ ਦਿੰਦਾ ਬਈ ਹਾਂ ਉਹ ਤਾਂ ਫਿਰ ਜਮੇ ਹੀ ਫਿਰ ਅਗਲੇ ਬੰਦੇ ਕਹਿੰਦਾ ਬਈ ਹੁਣ ਤਾਂ ਵੋਟ ਪਾਣ ਦੀ ਲੋੜ ਏ ਕਿਹਾ ਜ਼ਰੂਰਤ ਹੀ ਕਿਹਾ ਏ ਬਈ ਜਦੋਂ ਬੰਦਾ ਜਮੇ ਅਸਤੀਫਾ ਦੇ ਗਿਆ ਆਹੀ ਗੱਲ ਏ ਅੱਛਾ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੇ ਕਿਹੜੇ-ਕਿਹੜੇ ਮੁੱਦੇ ਆ ਜਿਹੜੇ ਪਹਿਲ ਦੇ ਆਧਾਰ ਦੇ ਉੱਤੇ ਚਾਹੁੰਦੇ ਹੋ ਕਿ ਜਿਹੜੀਆਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਉਤਰੀਆਂ ਨੇ ਉਹ ਜਿਹੜਾ ਇਹਨਾਂ ਮੁੱਦਿਆਂ ਨੂੰ ਚੁੱਕ ਕੇ ਤੇ ਇਹਨਾਂ ਨੂੰ ਹੱਲ ਕਰੇ ਕਿਹੜੇ-ਕਿਹੜੇ ਮੁੱਦੇ ਜਿਹੜੇ ਤੁਹਾਨੂੰ ਲੱਗਦੇ ਨੇ ਕਿ ਪਹਿਲ ਦੇ ਆਧਾਰ ਦੇ ਉੱਤੇ ਚੁੱਕਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਤਾਂ ਇਮਪਲੋਇਮੈਂਟ ਮੁੱਦਾ ਏ ਸਭ ਕਿ ਕਿਉਂਕਿ ਤੁਸੀਂ ਜਿੱਥੇ ਮਰਜ਼ੀ ਦੇਖ ਲਓ ਇਹਦਾ ਹਾਈਵੇ ਤੇ ਹਾਈਵੇ ਤਾਂ ਬਣਾਈ ਜਾ ਰਹੇ ਆ ਪਰ ਜਿਹੜੇ ਕੋਈ ਨਗਰ ਕੌਂਸਲ ਹੈ ਜਿੱਥੇ ਮਰਜ਼ੀ ਦੇਖ ਲਓ ਸੀ ਕੋਈ ਸਿਸਟਮ ਨਹੀਂ ਹੈ ਕੋਈ ਹੈ ਨਹੀਂ ਕੋਈ ਕੋਈ ਵੀ ਜੋ ਚੋਣ ਪ੍ਰਚਾਰ ਕਰਦਾ ਬੰਦਾ ਬਈ ਘਰ ਘਰ ਆ ਕੇ ਪਹਿਲਾਂ ਕਰਦਾ ਬਾਅਦ ਚ ਫੇਰ ਉਹ ਪੁੱਛਦਾ ਨਹੀਂ ਹਾਲ ਬਈ ਹਲਕੇ ਰ ਹਾਲ ਕਿ ਆਏ ਕੁਛ ਨਹੀਂ ਪੁੱਛਦਾ ਬਈ ਉਹਦਾ ਸਿਰਫ ਚੋਣਾਂ ਦਾ ਕੰਮਤਲਬ ਇੱਕ ਵਾਰੀ ਚੋਣਾਂ ਹੋ ਗਈਆਂ ਬਸ ਬਾਅਦ ਚ ਕੋਈ ਨਹੀਂ ਲੈਣਾ ਦੇਣਾ ਇਹਨਾਂ ਨੂੰ ਜੀ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਰਵਿੰਦਰ ਸਿੰਘ ਅਚ ਰਵਿੰਦਰ ਸਭ ਤੋਂ ਪਹਿਲਾ ਸਵਾਲ ਹੈ ਕਿ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਕਿਹੜੇ-ਕਿਹੜੇ ਮੁੱਦੇ ਚਾਹੁੰਦੇ ਹੋ ਕਿ ਜਿਹੜੀਆਂ ਸਿਆਸੀ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਉਤਰੀਆਂ ਨੇ ਉਹਨਾਂ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰੇ ਉਹਨਾਂ ਮੁੱਦਿਆਂ ਨੂੰ ਚੁੱਕੇ ਸਰ ਜਿਵੇਂ ਜਿਮਨੀ ਚੋਣਾਂ ਦੀ ਗੱਲ ਕਰੀਏ ਵਿਕਾਸ ਤਾਂ ਬਹੁਤ ਦੂਰ ਦੀ ਗੱਲ ਹੈ ਪਹਿਲਾਂ ਇਹਨਾਂ ਨੂੰ ਲੁੱਟ ਲਈ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਉਹੀ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਜਿਵੇਂ ਕਿ ਸੜਕਾਂ ਨਾਲੀਆਂ ਜਾਂ ਕੁਝ ਹੋਰ ਵੀ ਹੈ ਇਹ ਉਹੀ ਨਹੀਂ ਪੂਰੀਆਂ ਕਰ ਰਹੇ ਵਿਕਾਸ ਕਿੱਥੇ ਹੋਇਆ ਨਾ ਕੋਈ ਪੰਜਾਬ ਦੀ ਇੰਡਸਟਰੀ ਹੈ ਇਹ ਸਗੋਂ ਬਾਹਰ ਚਲੇ ਗਈਆਂ ਇੰਡਸਟਰੀਆਂ ਵਿਕਾਸ ਤਾਂ ਹੋਊਗਾ ਜੇ ਕੋਈ ਪੰਜਾਬ ਚ ਇੰਡਸਟਰੀ ਆਊਗੀ ਜੇ এমਪਲੋਇਮੈਂਟ ਮਿਲੂਗੀ ਕੰਮ ਲਈ ਸਾਡੇ ਮੁੰਡੇ ਪੰਜਾਬ ਦੇ ਬਾਹਰ ਜਾ ਰਹੇ ਆ ਇਹ ਕੰਮ ਕਰਨ ਫਿਰ ਵਿਦੇਸ਼ਾਂ ਚ ਜਾ ਰਹੇ ਆ ਕੋਈ ਵਿਕਾਸ ਤਾਂ ਕਿਤੇ ਵੀ ਨਹੀਂ ਲੱਗਦਾ ਹੋਇਆ ਇੱਕ ਪਾਸੇ ਸੂਬੇ ਦੀ ਸਰਕਾਰ ਕਹਿੰਦੀ ਹੈ ਖਜ਼ਾਨਾ ਘਾਲੀ ਹੈ ਦੂਜੇ ਪਾਸੇ ਚੋਣਾ ਆ ਗਿਆ ਉਦੋਂ ਖਜ਼ਾਨਾ ਭਰ ਜਾਂਦਾ ਜੀ ਵਿਕਾਸ ਲਈ ਖਜ਼ਾਨਾ ਹੈ ਨਹੀਂ ਚੋਣਾ ਲਈ ਖਜ਼ਾਨਾ ਬਹੁਤ ਹੈ ਅੱਛਾ ਦੂਜੀ ਗੱਲ ਇਹ ਹੈਗੀ ਹੈ ਕਿ ਤੁਸੀਂ ਯੂਥ ਹੈਗੇ ਆ ਸਿੱਖਿਆ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ ਸਿੱਖਿਆ ਇੱਕ ਵੱਡਾ ਜਿਹੜਾ ਮੁੱਦਾ ਹੈਗਾ ਏ ਕੋਈ ਵੀ ਸਿਆਸੀ ਪਾਰਟੀ ਪਹਿਲ ਦੇ ਆਧਾਰ ਦੇ ਉੱਤੇ ਗੱਲ ਕਰਨਾ ਜਿਹੜਾ ਨਹੀਂ ਚਾਹੁੰਦੀ ਹੈਗੀ ਸਿੱਖਿਆ ਨੂੰ ਲੈ ਕੇ ਸਿਹਤ ਸਹੂਲਤਾਂ ਕਿਸ ਤਰੀਕੇ ਨਾਲ ਲੱਗਦੀਆਂ ਨੇ ਕਿ ਸਿਹਤ ਸਹੂਲਤਾਂ ਤੇ ਸਿੱਖਿਆ ਦੇ ਮੁੱਦੇ ਚੁੱਕੇ ਜਾਣੇ ਚਾਹੀਦੇ ਨੇ ਸਰ ਦੇਖੋ ਮੈਂ ਤਾਂ ਕਿ ਇਹੀ ਸੋਚਦਾ ਵੀ ਸਰਕਾਰ ਕਈ ਵਾਰ ਇਹ ਚਾਹੁੰਦੀ ਹੈ ਵੀ ਪੜ੍ਹ ਲਿਖਣਾ ਜਾਣ ਕਿਤੇ ਨੌਜਵਾਨ ਜੇ ਪੜ੍ਹ ਲਿਖ ਗਏ ਤਾਂ ਸਿਆਣੇ ਹੋ ਜਾਣਗੇ ਸਵਾਲ ਕਰਨਗੇ ਸਰਕਾਰ ਨੂੰ ਸ਼ਾਇਦ ਇਸੇ ਕਰਕੇ ਸਰਕਾਰੀ ਸਕੂਲਾਂ ਦਾ ਹਾਲ ਦੇਖ ਲਓ ਜੀ ਤੁਸੀਂ ਸਾਰੇ ਬੰਦ ਹੋ ਗਏ ਪ੍ਰਾਈਵੇਟੇਸ਼ਨ ਹੋ ਗਈ ਸਾਰੇ ਪਾਸੇ ਹੀ ਹਸਪਤਾਲਾਂ ਦਾ ਹਾਲ ਦੇਖ ਲੋ ਜੀ ਉਹ ਵੀ ਇਹੀ ਕੰਮ ਆ ਸਰਕਾਰ ਆਪਦੇ ਕੋਲੋਂ ਤਾਂ ਸਾਰਾ ਕੁਝ ਲਾ ਕੇ ਪ੍ਰਾਈਵੇਟ ਮੋਢਿਆਂ ਤੇ ਸੁੱਟੀ ਜਾਂਦੀ ਹੈ ਸਾਰੇ ਕੰਮ ਨੂੰ ਹੀ ਚਾਹੇ ਸਕੂਲ ਆਈ ਚਾਹੇ ਕਾਲਜ ਆ ਐਸਾ ਹੈ ਹਸਪਤਾਲ ਆਈ ਚਾਹ ਜਿੰਨੇ ਵੀ ਆ ਆਪਣੇ ਸੂਭਿਦਾ ਕੇਂਦਰ ਖੋਲੇ ਉਹ ਵੀ ਸਾਰੇ ਪ੍ਰਾਈਵੇਟ ਸੀ ਜੀ ਬਹੁਤ ਬਹੁਤ ਧੰਨਵਾਦ ਸਾਡਾ ਨਾਲ ਗੱਲਬਾਤ ਕਰਨ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਨਾਮ ਹੈ ਤੁਹਾਡਾ ਮੇਰਾ ਜੋਰਾਵਰ ਸੰਗਤ ਅੱਛਾ ਜੋਰਾਵਰ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਰਣਨੀਤੀ ਹੈਗੀ ਹੈ ਕੀ ਸੋਚ ਰਹੇ ਹੋ ਕਿ ਇਹਨਾਂ ਚੋਣਾਂ ਦੇ ਵਿੱਚ ਕਿਸ ਆਧਾਰ ਦੇ ਉੱਤੇ VOTING ਕਰਨੀ ਹੈ ਮੰਨ ਦੇ ਵਿੱਚ ਕੀ ਚੱਲ ਰਿਹਾ ਹੈ ਯੂਥ ਹੋਂਦ ਦੇ ਨਾਲ ਤੇ ਮੰਨ ਦੇ ਵਿੱਚ ਤਾਂ ਜੀ ਫਿਲਹਾਲ ਤਾਂ ਕੁਛ ਚੱਲ ਨਹੀਂ ਰਿਹਾ ਜੀ ਗੁੰਜਲਦਾਰੀ ਹੈ ਸਭ ਕੁਝ ਦੇਖੋ ਜੀ ਇੱਕ ਹਲਕੇ ਦੇ ਵਿੱਚ ਜਦੋਂ ਆਪਾਂ ਕਿਸੇ ਨੂੰ ਵੋਟ ਪਾਉਂਦੇ ਆ ਆਪਣੇ ਵਿਸ਼ਵਾਸ ਨਾਲ ਪਾਉਂਦੇ ਆ ਸਾਰੇ ਇੱਕ ਮਤ ਹੋ ਕੇ ਪਾਉਂਦੇ ਨੇ ਜੀ ਪਰ ਜਦੋਂ ਆਪਾਂ ਇੱਕ ਨੇਤਾ ਨੂੰ ਵੋਟ ਪਾ ਦਿੰਦੇ ਆ ਚਲੋ ਉਹ ਜਿੱਤ ਵੀ ਜਾਂਦਾ ਹਨਾ ਜਦੋਂ ਵੋਟ ਪਾਣੀ ਤਾਂ ਜਿੱਤਣਾ ਹੀ ਹੈ ਉਹਨਾਂ ਨੇ ਜਿੱਤਣ ਦੇ ਨੇ ਉਹ ਤੋਂ ਬਾਅਦ ਅਸਤੀਫਾ ਦੇ ਕੇ ਕਿਸੇ ਹੋਰ ਪਾਸੇ ਚਲੇ ਜਾਂਦੇ ਨੇ ਇਹ ਤਾਂ ਗਲਤ ਗੱਲ ਨਹੀਂ ਇਹ ਤਾਂ ਸਾਡੇ ਨਾਲ ਤੋਂ ੱਖਾ ਇੱਕ ਤਰ੍ਹਾਂ ਨਾਲ ਵੀ ਅਸੀਨਾਂ ਨੂੰ ਵੋਟ ਵੀ ਪਾਈ ਜਿੱਤ ਵੀ ਗਏ ਤੇ ਉਹ ਚਲੇ ਵੀ ਗਏ ਤੇ ਦੂਜੀ ਗੱਲ ਹੈ ਵਿਕਾਸ ਦੀ ਤੇ ਵਿਕਾਸ ਤਾਂ ਕਿਤੇ ਵੀ ਹੋਇਆ ਨਹੀਂ ਅੱਜ ਤੱਕ ਪਿਛਲੇ 25 30 ਸਾਲਾਂ ਤੋਂ ਮਤਲਬ ਆਹੀ ਗੱਲ ਹੋ ਰਹੀ ਹੈ ਮੇਰੇ ਜੰਮਣ ਤੋਂ ਪਹਿਲਾਂ ਵੀ ਵੀ ਵਿਕਾਸ ਨਹੀਂ ਹੋਇਆ ਵਿਕਾਸ ਨਹੀਂ ਹੋਇਆ ਤਾਂ ਅੱਜ ਵੀ ਇਹੋ ਹੀ ਗੱਲ ਹੈ ਜੀ ਤੇ ਫਿਰ ਸਿੱਖਿਆ ਦੀ ਗੱਲ ਆ ਜਿੱਥੇ ਤੱਕ ਤੁਸੀਂ ਦੇਖਿਆ ਹੀ ਅੱਜ ਸਰਕਾਰੀ ਸਕੂਲ ਬੰਦ ਹੋ ਚੁੱਕੇ ਨੇ ਤੇ ਦੂਜੀ ਗੱਲ ਆ ਵੀ ਕੋਲ ਜਾਂਚ ਯੂਨੀਵਰਸਿਟੀਆਂ ਚ ਸਰਕਾਰੀ ਨੇ ਜਿਹੜੀਆਂ ਉਹਨਾਂ ਚ ਹਰੇਕ ਸਾਲ 25 25 30 30 ਕਰਕੇ ਕਿਸ ਨੇ ਕਿਸੇ ਕੋਰਸ ਦੀ ਚਾਹੇ ਡਿਗਰੀ ਦੀ ਕਹਿ ਲਓ ਸੀਟਾਂ ਕਟਾਈਆਂ ਜਾ ਰਹੀਆਂ ਨੇ ਹੁਣ ਜਿਵੇਂ ਪੰਜਾਬ ਯੂਨੀਵਰਸਿਟੀ 'ਚ ਹਰੇਕ ਸਾਲ ਸੀਟਾਂ ਕਟਾਈਆਂ ਜਾਂਦੀਆਂ ਨੇ ਤਾਂ ਉਂਝ ਕਹਿੰਦੇ ਨੇ ਕਿ ਬੱਚਿਆਂ ਨੂੰ ਸਿੱਖਿਆ ਦੋ ਸਿੱਖਿਆ ਦੋ ਹਨਾ ਬੇਟੀ ਪੜਾਓ ਬੇਟੀ ਬਚਾਓ ਵੀ ਤੁਸੀਂ ਸੁਣੇ ਹੀ ਆ ਜਿਵੇਂ ਅੱਛਾ ਜਿਸ ਤਰ੍ਹਾਂ ਦੇ ਵਾਅਦੇ ਕਾਂਗਰਸ ਦੇ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੀਤੇ ਗਏ ਸਨ ਤੇ ਹੁਣ ਇੱਕ ਵਾਰ ਫੇਰ ਜਿਮਨੀ ਚੋਣਾਂ ਹੈਗੀਆਂ ਨੇ ਵਿਧਾਨ ਸਭਾ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਤਾਂ ਲੱਗਦਾ ਨਹੀਂ ਕਿ ਜਿਹੜੇ ਵਾਅਦੇ ਪਹਿਲਾਂ ਕੀਤੇ ਗਏ ਸਨ ਉਹ ਪੂਰੇ ਕੀਤੇ ਨੇ ਨਹੀਂ ਮੈਨੂੰ ਨਹੀਂ ਲੱਗਦਾ ਜੀ ਬਿਲਕੁਲ ਵੀ ਕਿ ਉਹਨਾਂ ਨੇ ਕੋਈ ਵੀ ਵਾਅਦਾ ਆਪਣਾ ਪੂਰਾ ਕੀਤਾ ਜੀ ਜਿਵੇਂ ਕਿ ਉਹ ਸਾਡੇ ਪਿੰਡਾਂ ਚ ਆਏ ਸੀਗੇ ਹਨਾ ਸਾਡੇ ਪਿੰਡ ਪਛੜੇ ਹੋਏ ਨੇ ਥੋੜੇ ਜੇ ਮਤਲਬ ਇੰਨੇ ਵੀ ਨਹੀਂ ਕਿ ਬਹੁਤੇ ਨੇ ਥੋੜੇ ਹੈਗੇ ਨੇ ਜੀ ਪਰ ਜਿਵੇਂ ਦੇਖਿਆ ਸੀਗੇ ਸਕੂਲ ਦੇ ਹਾਲਾਤ ਮਾੜੇ ਸੀਗੇ ਉਹਨਾਂ ਨੇ ਨਾ ਤਾਂ ਮੁੜ ਕੇ ਉਹ ਆਏ ਵਾਅਦੇ ਕੀਤੇ ਕਿ ਸਕੂਲ ਬਣਾਵਾਂਗੇ ਸੜਕਾ ਬਣਾਵਾਂਗੇ ਪਿਛਲੇ 15 ਸਾਲਾਂ ਤੋਂ ਲਗਾਤਾਰ ਆਹੀ ਗੱਲਾਂ ਚੱਲ ਰਹੀਆਂ ਨੇ ਜਦੋਂ ਮਤਲਬ ਅਸੀਂ ਸੋਝੀ ਜਾਏ ਆ ਉਦੋਂ ਤੋਂ ਆਹੀ ਗੱਲਾਂ ਚੱਲ ਰਹੀਆਂ ਸਕੂਲ ਬਣਾਵਾਂਗੇ ਸੜਕ ਬਣਾਵਾਂਗੇ ਤਾਂ ਅੱਜ ਤੱਕ ਨਾ ਤਾਂ ਸਕੂਲ ਬਣੇ ਨੇ ਨਾ ਹੀ ਸੜਕਾਂ ਬਣੀਆਂ ਨੇ ਜੀ ਅਜੇ ਦੂਜੀ ਦੂਜੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਵੀ ਦਾਅਵੇ ਕਰ ਰਹੀਆਂ ਨੇ ਕਿ ਅਸੀਂ ਨੌਜਵਾਨਾਂ ਦੇ ਹਿਤੈਸ਼ੀ ਆ ਨੌਜਵਾਨਾਂ ਦੇ ਲਈ ਵਿਕਾਸ ਦੀ ਗੱਲ ਕਰਾਂਗੇ ਰੋਜ਼ਗਾਰ ਦੀ ਗੱਲ ਕਰਾਂਗੇ ਸਿੱਖਿਆ ਦੀ ਗੱਲ ਕਰਾਂਗੇ ਤਾਂ ਲੱਗਦਾ ਕਿ ਕਾਂਗਰਸ ਤੋਂ ਇਲਾਵਾ ਜਿਹੜੀਆਂ ਦੂਜੀਆਂ ਪਾਰਟੀਆਂ ਚੋਂ ਮੈਦਾਨ ਦੇ ਵਿੱਚ ਉਤਰੀਆਂ ਹੈਗੀਆਂ ਨੇ ਉਹ ਨੌਜਵਾਨਾਂ ਦੀ ਗੱਲ ਕਰਦੀਆਂ ਨੇ ਮੈਨੂੰ ਲੱਗਦਾ ਜੀ ਕੋਈ ਵੀ ਨੌਜਵਾਨਾਂ ਦੀ ਗੱਲ ਕਰਦೇನೆ ਕਿਉਂਕਿ ਦੇਖੋ ਜੀ ਤੁਸੀਂ ਗੱਲ ਕੀਤੀ ਰੋਜ਼ਗਾਰ ਦੀ ਤਾਂ ਰੋਜ਼ਗਾਰ ਅਜ ਤੁਸੀਂ ਜਾ ਕੇ ਕਿਤੇ ਵੀ ਦੇਖ ਲਓ ਕੋਈ ਸਰਕਾਰੀ ਨੌਕਰੀ ਤਾਂ ਬਹੁਤੀ ਹੈਗੀਆਂ ਨਹੀਂ ਜੇ ਕੋਈ ਪ੍ਰਾਈਵੇਟ ਵੀ ਨੇ ਤਾਂ ਉਹ ਹੀ ਕੋਈ 5000 ਕੋਈ 10000 ਦੀ ਆ ਤਾਂ ਕੋਈ ਜਿਹੜਾ ਬੰচ্চਾ ਪੜ੍ਹੇ ਲਿਖਿਆ ਹੋਊਗਾ ਉਹ ਕੋਈ 5-10000 ਦੀ ਨੌਕਰੀ ਕਰਨਾ ਨਹੀਂ ਚਾਹੁੰਦਾ ਠੀਕ ਨਹੀਂ ਜੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਕਿ ਬੇਸ਼ੱਕ ਜਿਮਨੀ ਚੋਣਾਂ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਹੋ ਰਹੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਦਾਅਵੇ ਕੀਤੇ ਜਾ ਰਹੇ ਨੇ ਨੌਜਵਾਨ ਹਤੈਸ਼ੀ ਹੋਣ ਦੇ ਦਾਅਵੇ ਹੋ ਰਹੇ ਨੇ ਉਹਨਾਂ ਤੋਂ ਨੌਜਵਾਨ ਕਿਤੇ ਵੀ ਜਿਹੜੇ ਖੁਸ਼ ਦਿਖਾਈ ਨਹੀਂ ਦੇ ਰਹੇ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਵਿਰੋਧ ਦੀ ਗੱਲ ਕੀਤੀ ਜਾ ਰਹੀ ਹੈ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ब्रेक ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਲਗਾਤਾਰ ਜਿਮਨੀ ਚੋਣਾਂ ਨੂੰ ਲੈ ਕੇ ਗੱਲਬਾਤ ਕਰ ਰਹੇ ਹਾਂ ਕਿ ਕਿਸ ਆਧਾਰ ਦੇ ਉੱਤੇ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਨੌਜਵਾਨ ਜਿਹੜੀ ਹੈਗੀ ਐ ਉਹ ਰੁਝਾਨ ਦਿਖਾ ਰਹੇ ਨੇ ਕਿਹੜੇ-ਕਿਹੜੇ ਮੁੱਦੇ ਨੌਜਵਾਨ ਚਾਹੁੰਦੇ ਨੇ ਕਿ ਹੱਲ ਹੋਣੇ ਚਾਹੀਦੇ ਨੇ ਤੇ ਖਾਸ ਕਰ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਿਆਸੀ ਪਾਰਟੀਆਂ ਦੇ ਵੱਲੋਂ ਗੱਲ ਕਰਨਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਸਿੱਖਿਆ ਰੋਜ਼ਗਾਰ ਜਾਂ ਫਿਰ ਇਹ ਕਹਿ ਲਈਏ ਕਿ ਸਿਹਤ ਸਹੂਲਤਾਂ ਇਹ ਅਜਿਹੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਬਣਦੀ ਹੈ ਪਰ ਨੌਜਵਾਨਾਂ ਦਾ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹਨਾਂ ਦੇ ਇਲਜ਼ਾਮ ਨੇ ਕਿ ਕੋਈ ਵੀ ਸਿਆਸੀ ਪਾਰਟੀ ਨਾ ਉਹਤੇ ਗੱਲ ਕਰਨਾ ਜਿਹੜਾ ਚਾਹੁੰਦੀ ਹੀ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਵੋਟ ਬੈਂਕ ਹੀ ਹੈ ਜਿਹੜਾ ਹੈਗਾ ਨਹੀਂ ਨੌਜਵਾਨ ਸਾਡੇ ਨਾਲ ਮੌਜੂਦ ਨੇ ਜਾਣਦੇ ਆ ਕਿ ਕਿਸ ਆਧਾਰ ਦੇ ਉੱਤੇ VOTING ਕਰਨੀ ਹੈ ਜਾਂ ਫਿਰ ਕਿਹੜੇ-ਕਿਹੜੇ ਮੁੱਦੇ ਪੰਜਾਬ ਦੇ ਵਿੱਚ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਹੋਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਗੁਰਪ੍ਰੀਤ ਅੱਛਾ ਗੁਰਪ੍ਰੀਤ ਚਾਰ ਵਿਧਾਨ ਸਭਾ ਹਲਕਿਆਂ ਦੀ ਜਿਮਨੀ ਚੋਣ ਹੋ ਰ ਕਿਹੜੇ-ਕਿਹੜੇ ਮੁੱਦੇ ਤੁਹਾਨੂੰ ਲੱਗਦਾ ਹੈ ਕਿ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ ਤੇ ਹੋਈ ਕੀਤੀ ਨਹੀਂ ਜਾ ਰਹੀ ਯੂਥ ਦੀ ਗੱਲ ਕਰੀਏ ਜੀ ਯੂਥ ਲਈ ਤਾਂ ਮੁੱਦੇ এমਪਲੋਇਮੈਂਟ ਰੋਜ਼ਗਾਰ ਹੋ ਗਿਆ ਜੀ ਸਿਹਤ ਹੋ ਗਈ ਜੀ ਪੜ੍ਹਾਈ ਲਿਖਾਈ ਹੋ ਗਈ ਜਿਹੜੀਆਂ ਚੀਜ਼ਾਂ ਯੂਥ ਨੂੰ ਕੰਸਰਨ ਰੱਖਦੀਆਂ ਨੇ ਜੀ ਉਹ ਤਾਂ ਉਹ ਮੁੱਦਿਆਂ 'ਤੇ ਹੀ ਵੋਟ ਪਾਉਂਦਾ ਹੁੰਦਾ ਜੀ ਤੇ ਉਹ ਮੁੱਦਿਆਂ 'ਤੇ ਸਰਕਾਰਾਂ ਪਹਿਲਾਂ ਵੀ ਬਿਲਕੁਲ ਹੀ ناکਾਮ ਹੋਈਆਂ ਧਿਆਨ ਦੇਣ ਨੂੰ ਤੇ ਹੁਣ ਤਾਂ ਬਿਲਕੁਲ ਹੀ ਧਿਆਨ ਨਹੀਂ ਦਿੰਦੀਆਂ ਇਹ ਚੀਜ਼ ਤੇ ਜਿਵੇਂ ਪਹਿਲਾਂ ਵਾਅਦੇ ਕਾਫੀ ਹੋ ਚੁੱਕੇ ਸੀਗੇ ਤੇ ਟੈਨਰ ਵੀ 2.5 ਸਾਲ ਦਾ ਹੋ ਚੁੱਕਿਆ ਜਦੋਂ ਲਗਭਗ 3 ਜਿਨੇ ਵੀ ਵਾਅਦੇ ਕੀਤੇ ਸੀ ਜਿਵੇਂ ਜੌਬ ਦਾ ਸੀ ਰੋਜ਼ਗਾਰ ਦਾ ਸੀ এমਪਲॉयਮੈਂਟ ਦਾ ਸੀ ਉਹ ਸਾਰੇ ਸੈਕਟਰਾਂ ਚ ਸਰਕਾਰ ਨਾਕਾਮ ਹੀ ਰਹੀ ਹੈ ਤੇ ਜੇ ਰਹੀ ਬਾਈ ਇਲੈਕਸ਼ਨਾਂ ਦੀ ਗੱਲ ਜੀ ਆਪਣਾ ਜਿਹੜਿਆ ਚਾਰ ਜਮਨੀ ਚੋਣਾ ਹੋ ਰਹੀਆਂ ਨੇ ਇਹਦੇ ਜਿਵੇਂ ਯੂਥ ਹੁਣ ਕਿਤੇ ਨਾ ਕਿਤੇ ਡਿਸ ਇੰਟਰਸਟਿਡ ਜਾ ਹੋ ਗਿਆ ਜੀ ਉਹਨੂੰ ਪਤਾ ਉਹਨਾਂ ਨੂੰ ਐ ਹੋ ਜਾਂਦਾ ਜਿਵੇਂ ਕੀ ਜੇ ਅਸੀਂ ਜੇ ਕਰਾਂਗੇ ਤਾਂ ਵੀ ਇਹਨਾਂ ਨੇ ਸੁਣਨੀ ਨਹੀਂ ਕਿਤੇ ਨਾ ਕਿਤੇ ਲੀਡਰ ਵੀ ਉਹੇ ਜਿਹੇ ਹੋਗੇ ਉਹਨਾਂ ਨੂੰ ਪਤਾ ਵੀ ਸਰ ਜਾਂਦਾ ਨਹੀਂ ਅਸੀਂ ਪਾਉਂਦੇ ਜਾਂ ਪਾ ਵੀ ਦੇਣਗੇ ਤਾਂ ਠੀਕ ਹੈ ਨਹੀਂ ਪਾਉਂਦੇ ਤਾਂ ਠੀਕ ਹੈ ਸੋ ਯੂਥ ਇਸ ਤਰੀ ਇਹ ਤੋਂ ਖਫਾ ਹੋ ਕੇ ਆਪਣਾ ਲੱਗ ਰਸਤਾ ਲੱਭਦਾ ਹੁਣ ਕਿਤੇ ਨਾ ਕਿਤੇ ਯੂਥ ਨੇ ਫਿਰ ਬਾਹਰ ਦਾ ਰਾਸਤਾ ਚੁਣੀ ਹੋਇਆ ਸੀਗਾ ਜੀ ਤੇ ਕੋਈ ਸਰਕਾਰਾਂ ਆਪ ਵੀ ਤੱਕ ਆ ਲਾਰੀਆਂ ਨੇ ਜਿੱਦਾਂ ਜਾ ਸਕਦੇ ਹੋ ਬਾਹਰ ਹੀ ਜਾਓ ਅਸੀਂ ਤਾਂ ਕੁਝ ਦੇ ਨਹੀਂ ਸਕਦੇ ਤੇ ਅਸੀਂ ਤਾਂ ਆਪਦੇ ਜਿਵੇਂ ਇੰਟਰਸਟ ਉੱਪਰ ਰੱਖਦੇ ਆ ਜੀ ਸਰਕਾਰਾਂ ਚੁਣਿਆ ਲੋਕ ਲੋਕ ਭਲਾਈ ਲਈ ਹੁੰਦਾ ਲੋਕਾਂ ਦੇ ਲਈ ਲੀਡਰ ਹੁੰਦੇ ਨੇ ਉਹ ਜਿਵੇਂ ਲੀਡਰ ਦੀ ਭਾਸ਼ਾ ਹੀ ਉਹ ਚੀਜ਼ ਆ ਵੀ ਡੈਫੀਨੇਸ਼ਨ ਹੀ ਉਹ ਚੀਜ਼ ਆ ਪਰ ਕਿਤੇ ਨਾ ਕਿਤੇ ਜੋ ਉਹ ਵੀ ਫਿਰ ਨਾ ਧਿਆਨ ਦੇਣ ਤੇ ਬੰਦਿਆ ਸਾਰਾ ਐਨਪਲੋਇਮੈਂਟ ਵਾਲੀ ਦੇਣ ਤਾਂ ਫਿਰ ਯੂਥ ਇੰਟਰਸਟਡ ਜਗਾਟ ਹੀ ਰੱਖਦਾ ਜੀ ਜੇ ਖਾਸ ਕਰਕੇ ਜਮਿਨੀ ਚੋਣਾਂ 'ਚ ਤਾਂ ਬਿਲਕੁਲ ਘਟ ਹੁੰਦੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਰਾਜ ਦਿਵਿੰਦਰ ਸਿੰਘ ਅੱਛਾ ਰਾਜ ਦਿਵਿੰਦਰ ਯੂਥ ਹੈਗੇ ਹੋ ਯੂਥ ਦੇ ਨਾਲ ਵੀ ਰابطਾ ਰਹਿੰਦਾ ਤੇ ਸਿਆਸੀ ਪਾਰਟੀਆਂ ਦੀਆਂ ਬਿਆਨਬਾਜ਼ੀਆਂ ਵੀ ਸੁਣਦੇ ਹੋ ਕਿਉਂਕਿ ਹੁਣ ਜਿਮਨੀ ਚੋਣਾ ਹੁਣ ਜਾ ਰਹੀਆਂ ਨੇ ਇਸ ਵਾਰ ਫੇਰ ਯੂਥ ਨੂੰ ਲਪਾਉਣ ਦੀ ਕੋਸ਼ਿਸ਼ ਹੈਗੀ ਹੈ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਮਨੀ ਚੋਣਾ ਹੋਣੀਆਂ ਨੇ ਜੀ 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 ਜੇਕਰ VOTING ਦੀ ਗੱਲ ਕੀਤੀ ਜਾਵੇ ਤਾਂ ਕਿਸ ਆਧਾਰ ਦੇ ਉੱਤੇ ਸੋਚ ਰਹੇ ਹੋ ਕਿ ਇਸ ਆਧਾਰ ਦੇ ਉੱਤੇ VOTING ਹੋਣੀ ਚਾਹੀਦੀ ਹੈ ਦੇਖੋ ਜੀ ਹੁਣ ਤਾਂ ਸਾਡੀਆਂ ਸਰਕਾਰਾਂ ਕੋਲ ਕੋਈ ਮੁੱਦਾ ਨਹੀਂ ਰਿਹਾ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਜਿਮਨੀ ਚੋਣਾ ਜਿਹੜੀਆਂ ਮੈਂ ਸਮਝਦਾ ਵੀ ਇੱਕ ਦੋ ਹਲਕਿਆਂ ਦੇ ਵਿੱਚ ਜਿਹੜੀਆਂ ਚੋਣਾ ਹੋਈਆਂ ਨੇ ਬਿਲਕੁਲ ਗਲਤ ਆ ਕਿਉਂਕਿ ਕੁਝ ਆਪਣੇ ਸਵਾਰਥ ਲਈ ਸਾਡੇ MLA ਪਾਰਟੀਆਂ ਬਦਲੇ ਜਾਂ ਤੇ ਕੁਛ ਜਿਮ ਕਿ ਆਪਾਂ ਦਾਖਾ ਹਾਂ ਐਮਪੀ ਬਣੇ ਔਰ ਸਭ ਤੋਂ ਮੈਂ ਫੂਲਕਾ ਸਾਹਾ ਦਾ ਬੜੀ ਚੰਗੇ ਤਰੀਕੇ ਨਾਲ ਮੈਂ ਰਿਸਪੈਕਟ ਕਰਦਾ ਕਿਉਂਕਿ ਉਹਨੇ 84 ਦੇ ਉਹਨਾਂ ਨੇ ਜੋ ਇਹ ਕੇਸ ਲੜੇ ਨੇ ਬਟ ਉਹਨਾਂ ਦਾ ਕੋਈ ਤਕ ਨਹੀਂ ਬਣਦੀ ਰਿਜ਼ਾਈਨ ਵਿਚੋਂ ਛੱਡ ਕੇ ਕਿਉਂਕਿ ਜਨਤਾ ਦਾ ਬਹੁਤ ਵੱਡਾ ਇੱਕ ਥੋੜੇ ਉੱਤੇ ਬਹੁਤ ਵੱਡਾ ਹੁੰਦਾ ਭਰੋਸਾ ਹੁੰਦਾ ਉਹ ਜਨਤਾ ਟੁੱਟ ਜਾਂਦਾ ਤੇ ਬਾਕੀ ਯੂਥ ਨੂੰ ਲਵਾਉਣ ਦੇ ਤਾਂ ਜਿਵੇਂ ਵੀਰਜੀ ਨੇ ਦੱਸਿਆ ਵੀ 2 ਸਾਲ 25 ਸਾਲ ਪਹਿਲਾਂ ਕੈਪਟਨ ਸਾਹਿਬ ਨੇ ਕਾਹੀ ਬੜੇ-ਬੜੇ ਵਾਅਦੇ ਕਰੇ ਸੀ ਉਹ ਵਾਅਦੇ ਅੱਜ ਕੱਲ੍ਹ ਦੇਖ ਹੀ ਰਿਹਾ ਹਾਂ ਔਰ ਖੁਦ ਮੈਂ ਅ ਅੱਜ ਹੋਣ ਵਾਲੀ ਸਰਕਾਰ ਨੂੰ ਵੋਟ ਕੀਤੀ ਸੀ ਪਰ ਮੈਨੂੰ ਲੱਗ ਰਿਹਾ ਵੀ ਸਰਕਾਰ ਆਲਮੋਸਟ 99% ਜਿਹੜਾ ਫੇਲ ਹੋ ਚੁੱਕੀ ਆ ਕਿਉਂਕਿ ਜੋ ਉਹਨਾਂ ਨੇ ਮੇਨ ਯੂਥ ਨੂੰ ਵੀ ਘਰ-ਘਰ ਨੌਕਰੀ ਵਾਲਾ 스마트ਫੋਨ ਵਾਲੇ ਜਿਹੜੀਆਂ ਗੱਲਾਂ ਯੂਥ ਨੂੰ ਲਵਾਉਣ ਵਾਲੀਆਂ ਕਰੀਆਂ ਸੀ ਉਹ ਹਲੇ ਤੱਕ ਕੋਈ ਮੈਨੂੰ ਪੂਰੀਆਂ ਪੈਂਦੀਆਂ ਦੇਖ ਨਹੀਂ ਰਿਹਾ 2.5 ਸਾਲ ਹੋਣ ਨੂੰ ਆ ਗਏ ਤਾਂ ਨਾ ਹੀ ਕੋਈ ਮੈਨੂੰ ਡਿਵੈਲਪਮੈਂਟ ਦੇਖਿਆ ਔਰ ਨਾ ਹੀ ਕੋਈ ਐਸਾ ਚ ਕੋਈ ਮੈਨੂੰ ਲੱਗਿਆ ਵੀ ਕਿ ਅੱਜ ਮੈਂ ਦੇਖਦਾ ਵੀ ਕਿਤੇ ਕੋਈ ਐਡ ਆਈ ਉਹ ਕਿਤੇ ਕੋਈ ਪ੍ਰਾਈਵੇਟ ਨੌਕਰੀ ਹਾਂ ਜਿਹੜੇ ਰੋਜ਼ਗਾਰ ਦੇ ਰਹੇ ਨੇ ਰੋਜ਼ਗਾਰ ਦੇ ਵਿੱਚ ਵੀ ਯੂਥ ਨੇ ਆ ਪਿੱਛੇ ਜੇ ਪਟਿਆਲੇ ਰੋਜ਼ਗਾਰ ਮੇਲਾ ਲੱਗਿਆ ਸੀ ਉੱਥੇ ਪੜੇ ਲਿਖਿਆਂ ਨੂੰ ਜੋ ਬੀ ਬੀਟੈਕ ਐਮਬੀਏ ਨੂੰ ਉਹ ਫੋਰਸ ਕਰ ਰਹੇ ਨੇ ਤੁਸੀਂ ਜ਼ੋਮੈਟੋ ਦੇ ਵਿੱਚ ਡਿਲੀਵਰੀ ਬாய் ਬਣ ਜਾਓ ਤੇ ਬਾਅਦ ਵਿੱਚ ਯੂਥ ਨੇ ਅੱਗੇ ਬਾਹਰ ਬੜਾ ਕਾਫੀ ਰੌਲਾ ਪਾਇਆ ਸੀ ਬੀਟੈਕ ਐਮਟੈਕ ਗ੍ਰੈਜੂਏਟ ਹਾਂ ਸੋ ਅਸੀਂ ਬੀਬੀਏ ਕਰੀਆ ਬੀਸੀਏ ਕਰੀਆ ਅਸੀਂ ਕਿਉਂ Zomato ਵਾਲੀ ਜੋ ਪੱਲਾ ਛਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੱਲਾ ਛਾੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਯੂਥ ਕਹਿੰਦਾ ਵੀ ਚਲੋ ਜ਼ਿਆਦਾ ਨਹੀਂ ਤਾਂ ਜੋ ਉਹਨਾਂ ਨੇ ਆਪਣੀ ਕੁਆਲਿਫੀਕੇਸ਼ਨ ਕਰੀ ਹੈ ਚਾਹ ਬੀਟੈਕ ਦਾ ਬੀਏ ਹੈ ਐਮਬੀਏ ਉਹਦੇ ਅਕੋਰਡਿੰਗਲੀ ਜੋਬ ਮਿਲ ਜੇ ਪਰ ਉੱਥੇ ਜਾ ਕੇ ਉਹਨਾਂ ਨੂੰ ਲੱਗਿਆ ਵੀ ਮੋਸਟਲੀ ਉਹਨਾਂ ਨੂੰ ਫੋਰਸ ਕਰ ਰਹੇ ਜੋ Zomato ਦੇ ਵਿੱਚ ਲੱਗ ਜੋ Swiggy ਦੇ ਵਿੱਚ ਲੱਗ ਜਾਂ ਛੋਟੀਆਂ ਜੋਬ ਜੋ ਯੂਥ ਨੇ ਇੰਨੇ ਨੇ ਪੈਸਾ ਖਰਚ ਕਰਕੇ ਕਰਿਆ ਉੱਥੇ ਯੂਥ ਕਾਫੀ ਇਸ ਕਦਰ ਨਿਰਾਸ਼ अच्छा जिकर ਹੁਣ ਗੱਲ ਕੀਤੀ ਜਾਵੇ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਕਿਉਂਕਿ ਚਾਰ ਹਲਕੇ ਹੈਗੇ ਨੇ ਵੱਡੇ ਵੱਡੇ ਆਗੂਆਂ ਦੇ ਵੱਲੋਂ ਉੱਥੇ ਜਾ ਕੇ ਲੋਕਾਂ ਨੂੰ ਲਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਖ-ਵੱਖ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਤੁਹਾਨੂੰ ਲੱਗਦੇ ਨੇ ਕਿ ਜਿਹੜੇ ਦਾਅਵੇ ਵਾਦੇ ਕੀਤੇ ਜਾ ਰਹੇ ਨੇ ਲੋਕ ਜਾਂ ਫਿਰ ਨੌਜਵਾਨ ਉਸ ਦਾਅਵੇ ਦੇ ਵਿੱਚ ਜਾਂ ਫਿਰ ਪਰਮਾ ਪਰਮਾ ਰਹੇ ਨੇ ਲੋਕ ਉਹਨਾਂ ਦਾਅਵੇ ਦੇ ਪਿੱਛੇ ਲੱਗ ਰਹੇ ਨੇ ਦੇਖੋ ਜੀ ਜਦੋਂ ਲੋਕ ਦੁਖੀ ਹੁੰਦੇ ਨੇ ਨਾ ਦੇਖੋ ਸਰਕਾਰਾਂ ਇੱਕ ਮੈਨੀਫੈਸਟੋ ਹੁੰਦਾ ਲੋਕਦਨ ਕੱਲ ਮੈਂ ਪੜ ਰਿਹਾ ਸੀ ਆਪਣੇ ਬਾਦਲ ਸਾਹਿਬ ਨੇ ਕਹਿੰਨਾ ਜੇ ਤੁਸੀਂ ਦਾਖਾਧੋ ਜਿਤਾ ਦਿਓਗੇ 50 ਕਰੋੜ ਰੁਪਏ ਦਵਾਂਗਾ ਹੁਣ ਇੱਕ ਆਪੋਜੀਸ਼ਨ ਸਰਕਾਰ ਹੈਗੀ ਆ ਤੇ ਚਲੋ ਮੰਨ ਸਕਦੇ ਆ ਕਿ ਸਾਡੇ ਇੱਥੇ ਐਸੋਈ ਪਾਰਟੀ ਜਿੱਤੀ ਆ ਚਲੋ ਉੱਥੇ ਬਾਦਲ ਸਾਹਿਬ 25 ਲੱਖ ਦੇਗੇ 50 ਕਰੋੜ ਉਹ ਵੱਡੀ ਗੱਲ ਆਉਂਦੀ ਇੱਕ ਹਲਕੇ ਲਈ ਸੋ ਕਿੱਥੋਂ ਦੇਣਗੇ ਉਹ ਸੋਚਣ ਵਾਲੀ ਗੱਲ ਆ ਨਾ ਤਾਂ ਅੰਦੀ ਕੋਈ ਪਾਰਟੀ ਫੰਡ ਹੈਗਾ ਬਿਨਾ ਸਿਰ ਪੈਰ ਤੋਂ 50 ਕਰੋੜ ਤੁਸੀਂ ਦੇ ਰਹੇ ਹੋ ਵੀ ਦਾਖੇਦ ਨੂੰ ਜਿਤਾ ਦਿਓ ਮੈਂ 50 ਕਰੋੜ ਦਵਾਂਗਾ ਉਹ ਕੋਕ ਨਹੀਂ ਬਣਦੀ ਜੇ ਮੈਂ ਕਹੂੰਗਾ ਵੀ ਇਹ ਇਹਦੇ ਅਸਰ ਚ ਆ ਕੇ ਅਸੀਂ ਕਿਸੇ ਪਾਰਟੀ ਨੂੰ ਵੋਟ ਪਾਈਏ ਮੈਂ ਜ਼ਰੂਰ ਨਹੀਂ ਕਹਾਂਗਾ ਕਿ ਕਾਲੀ ਦਲ ਹੈਗਾ ਕਿਸੇ ਪਾਰਟੀ ਨੂੰ ਕਿ ਵੀ ਹਾਂ ਉਹ ਕਹਿ ਰਿਹਾ اپੋਜੀਸ਼ਨ ਚ ਬੈ ਆਪੋ ਜਿਸ ਵਿੱਚ ਵੀ ਨਹੀਂ ਹੈਗੇ ਪਹਿਲੀ ਗੱਲ ਤਾਂ ਤੁਸੀਂ ਥਰਡ ਪਾਰਟੀ ਹੋ ਤੁਸੀਂ ਉਹ ਤੁਸੀਂ 50 ਕਰੋੜ ਦੀਆਂ ਗੱਲਾਂ ਕਰਦੇ ਹੋ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਚੀਜ਼ਾਂ ਕੋਈ ਹੈਗੀਆਂ ਠੀਕ ਆ ਵੋਟ ਤਾਂ ਕਿਸੇ ਨੂੰ ਕਿਸੇ ਨੂੰ ਪਾਵਾਂਗੇ ਬਟ ਸਾਨੂੰ ਕੋਈ ਰਾਹ ਦੇਖੇ ਕਿਉਂਕਿ 2.5 ਸਾਲ ਫੇਰ ਕਾਂਗਰਸ ਨੇ ਆਪਣੀ ਮੈਜੋਰਟੀ ਦੇ ਵਿੱਚ ਹੈਗੀ ਆ ਵੋਟ ਨਾ ਪਾਈਏ ਨਾ ਪਾਈਓ ਮੈਜੋਰਟੀ ਚ ਰਹਿਣੀ ਆ ਉਹ ਫਰਕ ਨਹੀਂ ਪੈਣਾ ਬਟ ਮੈਂ ਇੰਨੀ ਗੱਲ ਲੱਖੂਗਾ ਜੋ ਸਰਕਾਰ ਨੇ 2017 ਵਿੱਚ ਵਾਅਦੇ ਕਰੇ ਸੀ ਤੇ ਘੱਟੋ ਘੱਟ ਨਾ ਵਾਲੇ ਮੈਂ ਨਹੀਂ ਕਹਿੰਦਾ ਵੀ ਸਾਰੇ ਵਾਅਦੇ ਸਰਕਾਰ ਪੂਰੇ ਕਰ ਸਕਦੇ ਕਿਉਂਕਿ ਜੋ ਵਾਅਦੇ ਜੋ ਡਿਵੈਲਪਮੈਂਟ ਦੇ ਜਿਹੜੇ ਮੁੱਦਿਆਂ ਤੇ ਸਰਕਾਰ ਇਲੈਕਸ਼ਨ ਲੜਦੀ ਆ ਤਾਂ ਸੈਂਟਰ ਦੇ ਵਿੱਚ ਵੀ ਥੋੜੀ ਪਹੁੰਚ ਹੋਣੀ ਚਾਹੀਦੀ ਹੈ ਪਕੜ ਹੋਣੀ ਚਾਹੀਦੀ ਹੈ ਸਾਨੂੰ ਪਤਾ ਪਿਛਲੇ 6-7 ਸਾਲਾਂ ਤੋਂ ਸੈਂਟਰ ਵਿੱਚ ਬੀਜੇਪੀ ਦੀ ਸਰਕਾਰ ਆ ਤੇ ਹੁਣ ਸਟੇਟ 'ਚ ਕਾਂਗਰਸ ਦੀ ਸਰਕਾਰ ਆ ਤਾਂ ਉਹਨਾਂ ਦਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਆ ਸੋ ਵੀ ਜਿੰਨੇ ਕੁ ਤੁਸੀਂ ਕਰੇ ਨੇ ਐਟਲੀਸਟ ਉਹ ਤੋਂ ਅੱਧੇ ਵੀ ਤੁਸੀਂ ਵਾਅਦੇ ਪੂਰੇ ਕਰ ਸੋ ਤਾਂ ਇਹ ਬੈਨੀਫੀਸ਼ੀਅਲ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਲਗਾਤਾਰ ਹਰ ਪੱਧਰ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰ ਜਿਮਨੀ ਚੋਣਾਂ ਨੂੰ ਲੈ ਕੇ ਨੌਜਵਾਨ ਕੀ ਸੋਚ ਰਹੇ ਨੇ ਲੋਕਾਂ ਦਾ ਕੀ ਰੁਝਾਨ ਹੈਗਾ ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਵੱਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਚੜ ਕੇ ਇਹਨਾਂ ਸਿਆਸੀ ਆਗੂਆਂ ਦੇ ਵੱਲੋਂ ਦਾਅਵੇ ਵਾਅਦੇ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨੌਜਵਾਨ ਹੁਣ ਚੁਸਤ ਹੋ ਗਏ ਨੇ ਹਰ ਇੱਕ ਵਾਅਦੇ ਨੂੰ ਜਾਣਦੇ ਨੇ ਹਰ ਇੱਕ ਦਾਅਵੇ ਨੂੰ ਜਾਣਦੇ ਨੇ ਤੇ ਨਾਲ ਦੀ ਨਾਲ ਇਹਨਾਂ ਦਾਵਿਆਂ ਵਾਦਿਆਂ ਦਾ ਨੌਜਵਾਨਾਂ ਦੇ ਵੱਲੋਂ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਵਿਰੋਧ ਕੀਤਾ। ਸੋ ਅੱਜ ਦੇ ਪੰਜਾਬ ਬੋਲ ਦਾ ਦੇ ਵਿੱਚ ਬਸ ਇੰਨਾ ਹੀ। ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨਦਯੋਜੀ ਆਗਿਆ ਧੰਨਵਾਦ।